ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਦਾਸ ਮੇਜਰ ਸਿੰਘ, ਵਿਦਿਆਰਥੀ ਦਮਦਮੀ ਟਕਸਾਲ ਅਜਨਾਲਾ, ਜੋ ਆ ਬੁੱਤਾਂ ਦੇ ਮੁੱਦੇ ਨੂੰ ਲੈ ਕੇ ਵਿਚਾਰਾਂ ਸਿੰਘਾਂ 'ਚ ਸਵੇਰ ਦੀਆਂ ਚੱਲ ਰਹੀਆਂ ਸਨ, ਹੁਣ ਪ੍ਰਸ਼ਾਸਨ ਦੇ ਨਾਲ ਸਾਡੀ ਗੱਲਬਾਤ ਹੋਈ ਕਿ ਇਹ ਬੁੱਤਾਂ ਦੇ ਉੱਤੇ ਪਰਦਾ ਪਾਇਆ ਜਾਵੇ ਜਿੰਨਾ ਚਿਰ ਇਹ ਕੋਈ ਮਸਲਾ ਹੱਲ ਨਹੀਂ ਹੁੰਦਾ। ਸੋ ਪ੍ਰਸ਼ਾਸਨ ਨੇ ਆਪਣੀ ਗੱਲ 'ਤੇ ਇਹ ਕਿਹਾ ਵੀ ਇਹ ਟੂਰਿਜ਼ਮ ਵਿਭਾਗ ਦਾ ਮਸਲਾ ਵਾ, ਅਤੇ ਪਹਿਲਾਂ ਆਪਾਂ ਗੱਲ ਜਿਹੜੇ ਤਰੀਕੇ ਨਾਲ ਕੀਤੀ ਆ ਉਹਦੇ 'ਤੇ ਰਹੀਏ। ਸੋ ਸਿੰਘਾਂ ਨੇ ਇਹ ਵਿਚਾਰ ਕੀਤੀ ਆ ਵੀ 11 ਸਿੰਘਾਂ ਦਾ ਜਥਾ 24 ਘੰਟੇ ਵੀ ਇੱਥੇ ਡਿਊਟੀ ਲਾਊਗਾ। ਪਹਿਲਾ ਜਥਾ ਜਿਹੜਾ ਉਹ ਭਾਈ ਬਲਬੀਰ ਸਿੰਘ ਦਾ ਹੋਊਗਾ, ਉਹਦੇ ਤੋਂ ਬਾਅਦ ਦਮਦਮੀ ਟਕਸਾਲ ਅਜਨਾਲਾ ਦੇ ਵਿਦਿਆਰਥੀ 24 ਘੰਟੇ ਇੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਗੇ। ਸੋ 11 ਸਿੰਘਾਂ ਦੀ ਡਿਊਟੀ ਲਾਉਣੀ ਆ, 11 ਸਿੰਘਾਂ ਤੋਂ ਵੱਧ ਵੀ ਜੇ ਹੋ ਜਾਣ ਤਾਂ ਕੋਈ ਗੱਲ ਨਹੀਂ। ਪਰ ਕਦੋਂ ਤੋਂ ਲਾਉਣੀ ਇਹ? ਹੁਣ ਤੋਂ ਹੀ, ਹੁਣ ਤੋਂ ਡਿਊਟੀ ਸ਼ੁਰੂ। ਹਾਂ, ਹੁਣ ਤੋਂ ਹੀ ਭਾਈ ਬਲਬੀਰ ਸਿੰਘ ਜਿਹੜੇ ਆ ਉਹ 11 ਸਿੰਘਾਂ ਦੇ ਜਥੇ ਸਮੇਤ ਵੱਧ ਵੀ ਸਕਦੇ ਆ। ਸੋ ਇੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਗੇ ਅਤੇ ਇੱਕ ਸਾਈਡ 'ਤੇ ਹੋ ਕੇ ਆਪਾਂ ਲਾਉਣਾ ਅਤੇ ਅਨੁਸ਼ਾਸਨ ਦੇ ਵਿੱਚ ਰਹਿਣਾ ਕਿ ਇਹਨੂੰ ਤੰਗ ਪਰੇਸ਼ਾਨ ਨਹੀਂ ਕਰਨਾ। ਸੋ ਇਹ ਸਾਡੀਆਂ ਵਿਚਾਰਾਂ ਹੁਣ ਕਦੋਂ ਤੱਕ ਜਥੇ ਚੱਲਣਗੇ ਜੀ? ਇਹ 30 ਤਰੀਕ ਤੱਕ ਚੱਲਣਗੇ। 30 ਤਰੀਕ ਤੋਂ ਬਾਅਦ, 30 ਤਰੀਕ ਤੋਂ ਬਾਅਦ ਜੇ ਨਾ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਸੁਣੀ ਉਦੋਂ ਬਾਅਦ ਦੇ ਵਿੱਚ ਆਪਾਂ ਜੋ ਵੀ ਸਿੰਘਾਂ ਦੇ ਨਾਲ ਵਿਚਾਰ ਸਾਰਿਆਂ ਦੇ ਨਾਲ ਕਰਕੇ ਅਤੇ ਆਪਾਂ ਸਿੰਘਾਂ ਦੀ ਸਹਿਮਤੀ ਦੇ ਨਾਲ ਜੋ ਵੀ ਅਗਲਾ ਪ੍ਰੋਗਰਾਮ ਹੋਊਗਾ ਇਹ ਰੋਸ ਪ੍ਰਦਰਸ਼ਨ ਤੋਂ ਬਾਅਦ ਉਹ ਸਾਰਾ ਮੀਡੀਆ ਨੂੰ ਦੱਸਿਆ ਜਾਊਗਾ। ਧੰਨਵਾਦ।